रोजाना लोक नाल टीवी देख रहे हो तुसीं ते मैं हाँ सुखविंदर सिंह सिद्धू। प्रोग्राम दे विच गलबात करांगे पंजाब दी सियासत दे पक्ष दे मुद्दे दे उपर, गलबात करांगे कि पंजाब दे अंदर विधानसभा चोणां दे विच जिथे एक साल हाले बाकी है पर वक्-वक् पार्टियां दे वल्लों तैयारियां हुणे तों ही शुरू कर दित्तियां गईआं ने। वक्-वक् पार्टियां दे नुमाइंदियां दे वल्लों अपने अपने हल्के दे विचों जिहड़े विधानसभा हल्के ने उत्थों अपनी अपनी दावेदारियां ठोक दित्तियां गईआं ने ते हालात इस कदर बन गए ने कि दावेदारियां ठोकों नूं लै के इको पार्टी के नुमाइंदे जिहड़े आपस दे विच लड़ाई झगड़े करते दिखाई दिते ने। जेकर गलबात करिए सब तो चर्चा रही है पिछले दिनी खेमकरन हल्के तो जितों अकाली दल के दो नुमाइंदियां दे वल्लों दावेदारी ठोक दिती गई, जिथे एक पासे बादल परिवार के जवाई आदिश प्रताप सिंह कैरों सी तां दूजे पासे बादल परिवार के करीबी जिहड़े विरसा सिंह वटोहा सी जिहदी सपोर्ट सरदार बिक्रम सिंह मजीठिया कर रहे सी जो सुखबीर सिंह बादल दे साले सी। रिश्तियां दे विच जीजे दे उपर साला भारू पैंदा दिखाई दिता। पार्टी प्रधान ने अपने जीजे दी सकी भैण नूं पिछे सुटदिआं अपने साले दे दोस्त अपने साले दे करीबी विरसा सिंह वलटोहा नूं टिकट दे दित्ती, पर हुण हालात उत्थे बदलदे होए नज़र आ रहे ने। खबरां इह वी सामणे आ रहीआं ने कि हो सकदा है कि बादल जिहड़े वड्डे बादल ने प्रकाश सिंह बादल ने अपनी धी पिछे विरसा सिंह वलटोहा दी टिकट जिहड़ी आ खेमकरन तों बदल के तन तन कर दित्ती है अते हुण जिहड़ी खेमकरन तों टिकट लड़नी है उह कैरों परिवार ही लड़ेगा। इस खबर दे विच किन्नी कि सच्चाई है कि वाकई इदां होण वाला है, जेकर वाकई इदां हो जांदा तां अकाली सियासत किस तरीके दे नाल विचरेगी, बादल परिवार किस तरीके दे नाल आपस दे विच दिन कटियां करेगा, इस सब बारे गलबात करांगे। ते गलबात करन लई मेरे नाल मौजूद रहणगे सरदार कुलवंत सिंह पन्नू साहब। सब तो पहले उन्हां दा स्वागत कर लैने आ। पन्नू साहब स्वागत है रोजाना लोक नाल टीवी ते। बहुत बहुत धन्यवाद तुहाडा सुखिंदर, सत श्री अकाल जी। पन्नू साहब ਤੁਹਾਡਾ ਇਹ ਨਜ਼ਦੀਕਲਾ ਹਲਕਾ, ਤੁਸੀਂ ਤਰਨ ਤਾਰਨ ਤੋਂ ਹੀ ਹੋ ਤਾਂ ਤੁਹਾਨੂੰ ਇਸ ਬਾਰੇ ਜ਼ਿਆਦਾ ਨੌਲੇਜ ਹੈ, ਤੁਸੀਂ ਪੁਰਾਣੇ ਬੰਦਿਆਂ ਦੇ ਨਾਲ ਵੀ ਇਹਨਾਂ ਦੇ ਨਾਲ ਵਿਚਰੇ ਹੋਏ ਹੋ, ਤੁਸੀਂ ਬੜੀ ਨੇੜੇ ਤੋਂ ਤੁਸੀਂ ਇੱਥੋਂ ਦੀ ਸਿਆਸਤ ਨੂੰ ਸਮਝਦੇ ਹੋ। ਜਿਸ ਤਰੀਕੇ ਦੇ ਨਾਲ ਹੁਣ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿਸ ਵਿਰਸਾ ਸਿੰਘ ਵਟੋਹਾ ਨੂੰ ਪਿਛਲੇ ਦਿਨੀ ਅੜ ਕੇ ਸੁਖਬੀਰ ਸਿੰਘ ਬਾਦਲ ਨੇ ਖੇਮਕਰਨ ਹਲਕੇ ਤੋਂ ਵਿਧਾਨ ਸਭਾ ਤੋਂ ਜਿਹੜਾ ਉਹਨੂੰ ਉਮੀਦਵਾਰ ਐਲਾਨਿਆ ਸੀਗਾ ਤੇ ਹੁਣ ਕਹਿੰਦੇ ਵੱਡੇ ਬਾਦਲ ਨੇ ਆਪਣੀ ਧੀ ਪਿੱਛੇ ਉਹਦੀ ਟਿਕਟ ਜਿਹੜੀ ਕੱਟ ਕੇ ਹੁਣ ਸ਼ਾਇਦ ਉਹਨੂੰ ਤਰਨ ਤਾਰਨ ਭੇਜਿਆ ਜਾ ਸਕਦਾ ਤੇ ਖੇਮਕਰਨ ਹਲਕੇ ਤੋਂ ਆਪਣੀ ਧੀ ਨੂੰ ਹੀ ਉਮੀਦਵਾਰ ਬਣਾਇਆ ਜਾ ਸਕਦਾ, ਕਿ ਵਾਕਈ ਇਦਾਂ ਦੀ ਕੋਈ ਗੱਲ ਸਾਹਮਣੇ ਆ ਰਹੀ ਹੈ? ਸੁਖਵਿੰਦਰ, ਬੇਨਤੀ ਇਹ ਆ ਕਿ ਜਿਹੜੀ ਸਿਆਸਤ ਨਾਂ ਦੀ ਚੀਜ਼ ਆ ਇਹ ਹੈ ਤੇ ਹੀ ਲੋਕਾਂ ਨੂੰ ਰਾਜ ਭਾਗ ਦੇਣ ਵਾਸਤੇ, ਤੇ ਜਿਹੜੇ ਚੰਗੇ ਇਨਸਾਨ ਥੋੜੇ ਜਿਹੇ ਪੜ੍ਹੇ ਲਿਖੇ ਜਿਹਨਾਂ ਨੂੰ ਜਾਗ੍ਰਿਤੀ ਜ਼ਿਆਦਾ ਆ ਉਹ ਅੱਗੇ ਆਉਂਦੇ ਤੇ ਮਨੁੱਖਤਾ ਨੂੰ ਸੁੱਖ ਦਿੰਦੇ, ਪਰ ਇਹ ਆਸਤੇ ਆਸਤੇ ਇੰਨੀ ਵਿਗੜ ਗਈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਧਰਮ ਦੇ ਵਿੱਚੋਂ ਨਿਕਲੀ ਸੀ, ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਨੇ ਸਾਨੂੰ ਧਰਮ ਤੇ ਸਿਆਸਤ ਇਕੱਠਿਆਂ ਰੱਖ ਕੇ ਦੋ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਅਕਾਲ ਤਖ਼ਤ ਸਾਹਿਬ ਤੇ ਚਲਾਏ। ਉਹਦੇ ਵਿੱਚ ਦੀ ਅਕਾਲੀ ਦਲ ਹੀ ਜਿਹੜਾ ਉਹ ਨਿਕਲਿਆ ਸੀ ਤੇ ਹਮੇਸ਼ਾ ਅਕਾਲੀ ਦਲ ਦੇ ਲੀਡਰ ਦੇ ਗੁਣ ਨੀਵਾਂ ਹੋ ਕੇ ਚੱਲਣਾ, ਕੁਰਬਾਨੀ ਦੇਣ ਨੂੰ ਤਿਆਰ ਰਹਿਣਾ, ਮਜ਼ਲੂਮ ਦੀ ਰਾਖੀ ਕਰਨੀ ਅਤੇ ਰਾਜ ਭਾਗ ਪਰਜਾ ਨੂੰ ਵਧੀਆ ਦੇਣਾ ਹੁੰਦਾ ਸੀ। ਪਰ ਬਦਕਿਸਮਤੀ ਦੀ ਗੱਲ ਉਦੋਂ ਸ਼ੁਰੂ ਹੋਈ ਜਦੋਂ ਮੋਹ ਵਿੱਚ ਆਣ ਕੇ ਬਾਦਲ ਸਾਹਿਬ ਨੇ ਆਪਣੇ ਬੇਟੇ ਨੂੰ ਅੱਗੇ ਲਾਉਣ ਵਾਸਤੇ ਅਨੇਕਾਂ ਅਕਾਲੀਆਂ ਦੇ ਸਿਆਸੀ ਕਤਲ ਕਰ ਦਿੱਤੇ, ਜਿਹਦੇ ਵਿੱਚ ਅਨੇਕਾਂ ਅਕਾਲੀਆਂ ਨੂੰ ਪਛਾੜ ਦਿੱਤਾ। ਜਿਹੜਾ ਵੀ ਉਹਦੇ ਅੱਗੇ ਪਾਰਟੀ ਦੇ ਵਿੱਚ ਬੋਲਦਾ ਸੀ ਉਸਨੂੰ ਖੰਘਣ ਨਹੀਂ ਸੀ ਦਿੰਦਾ ਤੇ ਪਾਸੇ ਕਰ ਦਿੰਦਾ ਸੀ। ਟੌੜਾ ਸਾਹਿਬ ਭਾਵੇਂ ਢੀਂਡ ਸਾਹਿਬ ਭਾਵੇਂ ਬ੍ਰਹਮਪੁਰਾ ਸਾਹਿਬ, ਹਾਲੇ ਬਹੁਤ ਜਿਹੜੇ ਸਾਡੇ ਵਰਗੇ ਥੱਲੇ ਜਿਹੜੇ ਆਮ ਵਰਕਰ ਸਨ ਉਹਨਾਂ ਨੂੰ ਤੇ ਹੇਠਲਿਆਂ ਲੀਡਰਾਂ ਨੇ ਹੀ ਮਧੋਲ ਕੇ ਰੱਖ ਦਿੱਤਾ। ਸੋ ਇਹ ਜਿਹੜੀ ਪਿਰਤ ਚੱਲੀ ਸੀ ਇਹ ਅੱਜ ਵਲਟੋਏ ਹਲਕੇ ਦੇ ਵਿੱਚ ਉਸਦਾ ਜਿਹੜਾ ਜਵਾਬ ਆ ਉਹ ਬਾਦਲ ਨੂੰ ਮਿਲ ਰਿਹਾ ਵਾ। ਹੋਇਆ ਇੰਜ ਕਿ ਜਦੋਂ ਸੁਖਵਿੰਦਰ ਬਾਦਲ ਨੇ ਆਪਣੇ ਰਾਜ ਭਾਗ ਦਾ ਕਬਜ਼ਾ ਅਕਾਲੀ ਦਲ ਦੇ ਉੱਤੇ ਕਰਾ ਦਿੱਤਾ ਤੇ ਸਭ ਕੁਝ ਜਿੰਨੀਆਂ ਵੀ ਮਨਮਾਨੀਆਂ ਕੀਤੀਆਂ ਗਈਆਂ ਉਹ ਸਾਰੀਆਂ ਸੁਖਬੀਰ ਜੀ ਨੂੰ ਅੱਗੇ ਲਿਆਉਣ ਵਾਸਤੇ ਹੀ ਕੀਤੀਆਂ ਗਈਆਂ। ਇਸੇ ਤਰ੍ਹਾਂ ਹੀ ਵਲਟੋਏ ਹਲਕੇ ਦੇ ਵਿੱਚ ਜਿਹੜਾ ਵਿਰਸਾ ਸਿੰਘ ਵਲਟੋਹਾ ਵਾ ਉਹ ਇੱਕ ਫੈਡਰੇਸ਼ਨ ਦਾ ਆਗੂ ਸੀ ਤੇ ਬਾਦਲ ਸਾਹਿਬ ਨੇ ਹੀ ਉਸਨੂੰ ਅੱਗੇ ਲਿਆਂਦਾ, ਪਰ ਲਿਆਂਦਾ ਕੈਰੋ ਵਾਲਿਆਂ ਦੇ ਰਸਤੇ ਸੀ ਕਿਉਂਕਿ ਕੈਰੋ ਵਾਲੇ ਉਦੋਂ ਮਾਝੇ ਦੇ ਵਿੱਚ
ਸੀਟਾਂ ਦਿੰਦੇ ਸਨ। ਪਹਿਲਾਂ ਬ੍ਰਹਮਪੁਰਾ ਸਾਹਿਬ ਮਾਝੇ ਦਾ ਜਰਨੈਲ ਕਹਾਉਂਦਾ ਸੀ, ਜਦੋਂ ਕੈਰੋਂ ਵਾਲੇ ਅਕਾਲੀ ਦਲ ਦੇ ਵਿੱਚ ਇੱਕ ਕਵੀਸ਼ਰ ਕਵਿਤਾ ਗਾਇਆ ਕਰਦੇ ਸਨ ਕਿ ਕੈਰੋਂਵਾਲ ਦਾ ਕਾਲੀ ਕੈਰੋਂਵਾਲ ਦਾ ਲਾਲੀ ਰਾਤੋਂ ਰਾਤ ਬਣ ਗਿਆ ਅਕਾਲੀ। ਉਦੋਂ ਫਿਰ ਕੈਰੋਂ ਵਾਲਿਆਂ ਨੇ ਸੀਟਾਂ ਦੇਣੀਆਂ ਸ਼ੁਰੂ ਕੀਤੀਆਂ, ਜਿਹਦੇ ਵਿੱਚ ਵਿਟੋਏ ਵਾਲੀ ਸੀਟ ਜਿਹੜੀ ਵਿਰਸਾ ਸਿੰਘ ਦੀ ਆ ਉਹ ਵੀ ਕੈਰੋਂ ਵਾਲਿਆਂ ਦੀ ਸਹਿਮਤੀ ਨਾਲ ਮਿਲੀ ਸੀ। ਪਰ ਆਸਤਾ ਆਸਤਾ ਅਕਾਲੀ ਦਲ ਦੇ ਵਿੱਚ ਮਜੀਠੇ ਦਾ ਵੀ ਰੋਹਬ ਵਧਣਾ ਸ਼ੁਰੂ ਹੋ ਗਿਆ। ਉਸਨੇ ਮਾਝੇ ਦਾ ਜਰਨੈਲ ਖਵਾਉਣਾ ਸ਼ੁਰੂ ਕਰ ਦਿੱਤਾ। ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਈ ਤੇ ਜੰਡਿਆਲਾ ਹਲਕਾ ਜਾਂ ਆਪਣਾ ਬਿਆਸ ਸੀ, ਉੱਥੇ ਜਿਹੜੇ ਬ੍ਰਹਮਪੁਰਾ ਸਾਹਿਬ ਨੇ ਜਿਹਨਾਂ ਮੈਂਬਰਾਂ ਨੂੰ ਸੀਟਾਂ ਦਵਾਈਆਂ ਸਨ ਉਹਨਾਂ ਦੇ ਬਰਾਬਰ ਤੇ ਆਜ਼ਾਦ ਹੀ ਬੰਦੇ ਖਿਲਾਰ ਕੇ ਮਜੀਠਾ ਸਾਹਿਬ ਨੇ ਜਿਤਾ ਦਿੱਤੇ। ਹੁਣ ਇਸੇ ਤਰ੍ਹਾਂ ਹੀ ਵਲਟੋਆ ਸੀਟ ਤੇ ਵੀ ਮਜੀਠਾ ਸਾਹਿਬ ਆਪਣਾ ਕਬਜ਼ਾ ਚਾਹੁੰਦੇ ਨੇ, ਦੂਸਰੇ ਪਾਸੇ ਜਵਾਈ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਬਾਦਲ ਜਿਸ ਤਰ੍ਹਾਂ ਆਪਣੇ ਬੇਟੇ ਨੂੰ ਅੱਗੇ ਲਿਆਉਣ ਵਾਸਤੇ ਅਨੇਕਾਂ ਅਕਾਲੀਆਂ ਨੂੰ ਪਛਾਣ ਕੀਤਾ, ਵਿਰਸਾ ਸਿੰਘ ਵੀ ਜੇ ਇੱਕ ਧੀ ਦਾ ਪੁਆਇੰਟ ਉਹ ਲਵੇ ਤੇ ਵਿਰਸਾ ਸਿੰਘ ਕਿਹੜੇ ਪਾਣੀ ਆ ਰਿਹਾ ਜੇ ਉਹ ਚਾਹੁੰਦਾ ਹੋਵੇ ਤੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਪੂਰਾ ਰਾਜ ਬਾਦਲ ਪਰਿਵਾਰ ਦਾ ਹੈ। ਤੁਸੀਂ ਸਾਰੇ ਟੀਵੀ ਚੈਨਲਾਂ ਤੇ ਵੇਖੋ ਕੈਰੋਂ ਬਾਦਲ ਇਹੀ ਗੱਲ ਹੋ ਰਹੀ ਹੈ, ਕਿਹੜੇ ਅਕਾਲੀ ਦਲ ਦੀਆਂ ਗੱਲਾਂ ਕਰਦੇ, ਕਿਹੜਾ ਅਕਾਲੀ ਦਲ ਹੈ ਜਿਹੜਾ ਹੋਣੇ ਆ। ਜੇ ਸੁਖਬੀਰ ਸਿੰਘ ਬਾਦਲ ਅਕਸ਼ੇ ਕੁਮਾਰ ਦੇ ਨਾਲ ਮੀਟਿੰਗ ਕਰਕੇ ਦੋ ਨੌਜਵਾਨ ਮਰ ਜਾਂਦੇ ਨੇ ਪਿਕਚਰ ਚਲਾਉਣ ਵਾਸਤੇ, ਸੌਦਾ ਸਾਧ ਮਨਮਾਨੀਆਂ ਕਰਦਾ ਉਹਨੂੰ ਮਾਫ਼ੀ ਦਵਾ ਦਿੱਤੀ ਜਾਂਦੀ ਸਾਡੇ ਧਰਮ ਚ ਸ਼੍ਰੋਮਣੀ ਕਮੇਟੀ ਦੇ ਕੋਲੋਂ, ਤੇ ਇਹ ਕਿੱਡੀ ਗੱਲ ਹੈ ਇਹਨਾਂ ਵਾਸਤੇ, ਸੀਟ ਬਦਲਣੀ ਇਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ। ਪਰ ਇਹਨਾਂ ਦੇ ਹਾਲਾਤ ਐਸੇ ਹੋਏ ਪਏ ਨੇ ਹੁਣ ਕਿ ਇਹਨਾਂ ਨੂੰ ਆਪਣੀਆਂ ਕੀਤੀਆਂ ਹੋਈਆਂ ਸਾਰੀਆਂ ਦਿਸ ਰਹੀਆਂ ਨੇ। ਉਸ ਕਰਕੇ ਹੁਣ ਜਿਹੜੇ ਅਕਾਲੀ ਸਗੋਂ ਉੱਚੀ ਉੱਚੀ ਬੋਲਦੇ ਸਨ ਉਹਨਾਂ ਨੂੰ, ਉਹਨਾਂ ਦੀ ਸੁਰ ਨੂੰ ਇਹਨਾਂ ਠੰਡਿਆ ਕਰਨ ਵਾਸਤੇ ਆਪਣੇ ਨਾਲ ਲਾ ਲਿਆ ਵਾ। ਇਸੇ ਤਰ੍ਹਾਂ ਵਿਰਸਾ ਸਿੰਘ ਵੀ ਵੇਖੋ, ਉਹਨੇ ਸੱਚੀਆਂ ਗੱਲਾਂ ਆਖੀਆਂ ਕਿ ਕਿਤੇ ਅਕਾਲੀ ਦਲ ਕਿਤੇ ਦਾਅ ਚ ਨਹੀਂ ਦਿੱਤਾ ਗਿਆ, ਤੇ ਜਿੰਨੀ ਇਹ ਫੰਨ ਰੱਖਦੇ ਸੀ ਪਹਿਲਾਂ ਇਹਨਾਂ ਦੇ ਮਗਰ ਟਿਕਟਾਂ ਲੈਣ ਵਾਲੇ ਜਿਸ ਤਰ੍ਹਾਂ ਤਰਲੇ ਮਾਰਦੇ ਫਿਰਦੇ ਸੀ, ਇਹ ਪਰਿਵਾਰ ਉਸ ਗੱਲ ਦਾ ਕੋਈ ਜਵਾਬ ਨਹੀਂ। ਪਰ ਅੰਦਰ ਖਾਤੇ ਤੰਗ ਹੈ। ਮੈਂ ਸੁਣ ਰਿਹਾ ਸਾਂ ਸੁਖਬੀਰ ਸਾਹਿਬ ਜਦੋਂ ਵਲਟੋਏ ਦੀ ਰੈਲੀ ਵਿੱਚ ਵਿਰਸਾ ਸਿੰਘ ਨੂੰ ਉਮਰ ਪੁੱਛ ਰਹੇ ਸੀ ਤੇ ਨਾਲ ਇਹ ਵੀ ਟੀਚਰ ਕਰਕੇ ਆਉਂਦੇ ਸੀ ਕਿ ਤੂੰ ਤੇ ਬੜਾ ਵੱਡਾ ਜਾਪਦਾ ਹੈ, ਉਹ ਬੋਲਾਂ ਨੂੰ ਹੀ ਉਹਦਿਆਂ ਨੂੰ ਸਵੀਕਾਰ ਰਹੇ ਸੀ ਕਿ ਤੂੰ ਇਹ ਇਸ ਤਰ੍ਹਾਂ ਕੀ ਬੋਲਦਾ ਪਿਆ ਹੈ। ਸੋ ਵਿਰਸਾ ਸਿੰਘ ਵੀ ਇਸ ਵੇਲੇ ਵੇਖ ਰਿਹਾ ਹੋਵੇਗਾ ਕਿ ਜਿਸ ਤਰ੍ਹਾਂ ਪੁਰਾਣੇ ਅਕਾਲੀਆਂ ਨਾਲ ਕੀਤਾ ਅੱਜ ਮੇਰੇ ਨਾਲ ਵੀ ਉਹੀ ਹੋ ਰਿਹਾ ਹੈ। ਇਹ ਸਮਾਂ ਸਾਨ ਦਾ ਜ਼ਿਆਦਾ ਜੇ ਲੰਮਾ ਨਹੀਂ ਹੈ, ਪਰ ਜਦੋਂ ਮਨੁੱਖਤਾ ਤੋਂ ਅਸੀਂ ਪਾਸੇ ਬਣ ਕੇ ਜ਼ਿਆਦਾ ਸਿਆਸੀ ਬਣ ਜਾਂਦੇ ਹਾਂ ਤੇ ਉਦੋਂ ਹਰ ਇਨਸਾਨ ਘਾਟਾ ਖਾਂਦਾ ਹੈ, ਧੋਖਾ ਖਾਂਦਾ ਹੈ। ਸੋ ਇਸ ਕਰਕੇ ਵਿਰਸਾ ਉਹਨੂੰ ਵੀ ਪਤਾ ਇਹ ਲੱਗ ਗਿਆ ਹੋਵੇਗਾ ਕਿ ਜੇਕਰ ਪਹਿਲਾਂ ਦੀ ਤਰ੍ਹਾਂ ਬਾਦਲ ਨੇ ਸਪੀਟ ਆਪਦੀ ਰੱਖੀ ਸਿਆਸਤ ਦੀ ਤੇ ਮੈਨੂੰ ਵੀ ਪਾਸੇ ਕਰ ਸਕਦਾ ਹੈ ਕਿ ਵੀ ਹੋਰ ਹਲਕਾ ਦੇਣ ਲਈ ਮਜਬੂਰ ਕਰ ਸਕਦਾ ਹੈ। ਕੀ ਲੱਗਦਾ ਕਿ ਜੇਕਰ ਇਸ ਤਰੀਕੇ ਦੇ ਨਾਲ ਵਾਕਈ ਸੀਟ ਬਦਲੀ ਗਈ ਤਾਂ ਬਾਦਲ ਪਰਿਵਾਰ ਦੇ ਆਪਸੀ ਰਿਸ਼ਤਿਆਂ ਦੇ ਵਿੱਚ ਖਟਾਸ ਨਹੀਂ ਆ ਜਾਵੇਗੀ? ਵੇਖੋ ਪੰਥ ਤੇ ਬਾਦਲ ਸਾਹਿਬ ਦਾ ਇਸ ਵੇਲੇ ਪੂਰਾ ਕਬਜ਼ਾ ਵਾ। ਇਹਨਾਂ ਗੱਲਾਂ ਨੂੰ ਸਮਝਾਉਣ ਖਾਤਰ ਇਹ ਨਾ ਆਖਿਓ ਕਿ ਮੈਂ ਤੁਹਾਡੇ ਮੁੱਦੇ ਤੋਂ ਪਾਸੇ ਚਲ ਜਾਂਦਾ ਹਾਂ, ਨਹੀਂ, ਕਈ ਉਦਾਹਰਨਾਂ ਜਿਹੜੀਆਂ ਨੇ ਕਿਸੇ ਵੀ ਗੱਲ ਨੂੰ ਕਨਫਰਮ ਕਰਨ ਵਾਸਤੇ ਸੱਚਾਈ ਨੂੰ ਅੱਗੇ ਲਿਆਉਣ ਵਾਸਤੇ ਦੇਣੀਆਂ ਪੈਂਦੀਆਂ ਨੇ। ਸ਼੍ਰੋਮਣੀ ਕਮੇਟੀ ਦੇ ਵਿੱਚ 160-65 ਮੈਂਬਰ ਨੇ, ਜਿਹੜੇ ਬੰਦੇ ਨੂੰ ਬਾਦਲ ਰਾਤ ਰਾਤ ਪਰਚੀ ਦੇ ਦੇਵੇ ਉਹੀ ਪ੍ਰਧਾਨ ਬਣਦਾ, ਕਿਤੇ 10-20 ਜਿਹੜੇ ਨੇ ਚੰਗੇ ਇਨਸਾਨ ਉਹੀ ਪਾਸੇ ਹੁੰਦੇ ਨੇ। ਸੋ ਇਸ ਵੇਲੇ ਬਾਦਲ ਸਾਹਿਬ ਨੇ ਜਿਹੜੇ ਜੇਕਰ ਉਹਨਾਂ ਫੈਸਲਾ ਲਾ ਲਿਆ ਤੇ ਕਿਸੇ ਵਿੱਚ ਤਾਕਤ ਨਹੀਂ ਹੈ ਕਿ ਉਹ ਅੱਗੋਂ ਬੋਲ ਸਕੇ ਕਿ ਇਹ ਕਿਉਂ ਕੀਤਾ ਹੈ। ਤੇ ਜੇ ਦੂਜੀ ਸੀਟ ਤੇ ਜਾਵੇਗਾ ਤੇ ਅਕਾਲੀ ਦਲ ਦੀ ਇਸ ਵੇਲੇ ਪਹਿਲਾਂ ਹੀ ਬੁਰੀ ਹਾਲਤ ਹੈ, ਚਲੋ ਉਸ ਹਲਕੇ ਤੇ ਉਹਦਾ ਆਪਦਾ ਪਿਆਰ ਹੋਵੇਗਾ, ਕਿਉਂਕਿ ਅਕਾਲੀ ਦਲ ਧਰਮ ਦੇ ਨਾਂ ਤੇ ਪਾਰਟੀ ਚੱਲਦੀ ਸੀ ਤੇ ਧਰਮ ਦੇ ਨਾਲ ਅਸੀਂ ਬੜੀਆਂ ਬੇਨਿਆਈਆਂ ਕਰ ਚੁੱਕੇ ਹਾਂ। ਨਹੀਂ, ਕੀ ਲੱਗਦਾ ਕਿ ਆਪਸ ਦੇ ਵਿੱਚ ਖਟਾਸ ਆਵੇਗੀ ਕਿ ਨਹੀਂ ਰਿਸ਼ਤਿਆਂ ਚ? ਮੈਂ ਤਾਂ ਇਹ ਸਵਾਲ ਸੀ ਮੇਰਾ। ਉਹ ਤੇ ਆ ਚੁੱਕੀ ਹੈ ਜੀ, ਆਉਣੀ ਕੀ ਆ, ਉਹ ਤੇ ਆ ਚੁੱਕੀ ਆ। ਜਿਸ ਦਿਨ ਵੀ ਅਸੀਂ ਘਰ ਦੇ ਵਿੱਚ ਕੋਈ ਇੱਕ ਦੂਜੇ ਪਰਿਵਾਰ ਤੇ ਗਲਤ ਫੈਸਲਾ ਲੈਂਦੇ ਹਾਂ ਤੇ ਉਹ ਉਸ ਟਾਈਮ ਹੀ ਆ ਜਾਂਦੀ ਹੈ ਕਿ ਕਿਉਂ ਕੀਤਾ ਗਿਆ। ਉਦਣ ਦਾ ਕੋਈ ਨਾ ਕੈਰੋਂ ਨੇ ਬਿਆਨ ਦਿੱਤਾ ਹੈ ਨਾ ਵਿਰਸਾ ਸਿੰਘ ਦੇ ਰਿਹਾ ਹੈ, ਇਹਦਾ ਮਤਲਬ ਗੁੰਮ ਕਿਉਂ ਹੋਏ ਪਏ ਨੇ? ਕੋਈ ਖਟਾਸ ਆਈ ਤੇ ਗੁੰਮ ਹੋਏ ਨੇ? ਬਿਲਕੁਲ। ਤਾਂ ਹੁਣ ਜੇ ਵਾਕਈ ਤਾਂ ਸੀਟਾਂ ਵਧੀਆਂ ਗਈਆਂ, ਤੁਹਾਨੂੰ ਲੱਗਦਾ ਕਿ ਇਸ ਚੀਜ਼ ਦਾ ਨੁਕਸਾਨ ਹੋ ਸਕਦਾ ਹੈ ਕਿ ਜੇਕਰ ਖੇਮਕਰਨ ਹਲਕੇ ਦੇ ਵਿੱਚ
ਟਿਕਟ ਆਪਣੀ ਧੀ ਨੂੰ ਦਿੱਤੀ ਗਈ ਤਾਂ ਵਿਰਸਾ ਸਿੰਘ ਬਲਟੂਹਾ ਜੀ ਦੀ ਟਿਕਟ ਦਿੱਤੀ ਗਈ ਆ ਉਹ ਖਿੱਚ ਕੇ ਅੰਦਰ ਖਾਤੇ ਵਿਰੋਧ ਵੀ ਕਰ ਸਕਦੇ ਆ ਤਾਂ ਦੂਜੇ ਪਾਸੇ ਇਹ ਵੀ ਤਰਨ ਤਾਰਨ ਹਲਕੇ ਤੋਂ ਜਾ ਕੇ ਉਹਦੇ ਜਵਾਬ ਦੇ ਵਜੋਂ ਵਿਰੋਧ ਕਰ ਸਕਦੇ ਆ ਤੇ ਹੋ ਸਕਦਾ ਕਿ ਅਕਾਲੀ ਦਲ ਤਿੰਨਾਂ ਸੀਟਾਂ ਦੇ ਨੁਕਸਾਨ ਝੱਲੇ ਇਹ ਦੇ ਜੀ ਅਕਾਲੀ ਦਲ ਇੱਕ ਸੁਖਵਿੰਦਰ ਪੰਥਕ ਪਾਰਟੀ ਹੋਣ ਕਰਕੇ ਮਾਨ ਸਨਮਾਨ ਮਿਲਦਾ ਰਿਹਾ ਜਦੋਂ ਸਿਆਸਤ ਦੇ ਵਿੱਚ ਬੜੇ ਨੀਵੀਂ ਪੱਧਰ ਦੇ ਇਨਸਾਨੀਅਤ ਕੰਮ ਕਰਨ ਦੇ ਪਏ ਤੇ ਉਸ ਟਾਈਮ ਤਾਂ ਇਹ ਗੱਲਾਂ ਹੁੰਦੀਆਂ ਇਹਦੇ ਪਹਿਲਾਂ ਪਿਛਲੀ ਵਾਰ ਵੀ ਇਹਨਾਂ ਕੀਤੀਆਂ ਇੱਕ ਦੂਜੇ ਦੀ ਵਿਰੋਧਤਾ ਕਰਦੇ ਰਹਿਣ ਕਰਕੇ ਅੱਜ ਉਹਦੀ ਸੀਟ ਦੀ ਵਿਰੋਧਤਾ ਹੋ ਰਹੀ ਵੀ ਇਹਨੂੰ ਨਾ ਦਿੱਤੀ ਜਾਵੇ ਕੈਰੂ ਵਾਲਿਆਂ ਬਲਟੋਏ ਦੇ ਵਿੱਚ ਉਹਦੇ ਉਲਟ ਵੋਟਾਂ ਪਵਾਈਆਂ ਉਸਨੇ ਹਰਮਿੰਦਰ ਗਿੱਲ ਦਾ ਫੈਡਰੇਸ਼ਨ ਉਹ ਜੇਲ੍ਹ ਚ ਇਕੱਠੇ ਰਹੇ ਸੀ ਉਸਨੇ ਜਿੰਨੇ ਉਹਦੇ ਆਖੇ ਲੱਗਦੇ ਉਹਨਾਂ ਕੈਰੂ ਵਾਲਿਆਂ ਦੇ ਪਵਾਈਆਂ ਇਹ ਤਾਂ ਸਿਆਸਤਦਾਨ ਆਮ ਹੀ ਇਹਨਾਂ ਦੇ ਜਿਹੜੇ ਮਨ ਹੈ ਇੱਕ ਦੂਜੇ ਦੀ ਵਿਰੋਧਤਾ ਕਰਦੇ ਰਹਿੰਦੇ ਨੇ ਕਿਉਂਕਿ ਇਹ ਮਨੁੱਖਤਾ ਦੇ ਵਿੱਚ ਏਡੇ ਵਧੀਆ ਨਹੀਂ ਹੁੰਦੇ ਜੇਕਰ ਇਹ ਮਨੁੱਖਤਾ ਦੇ ਵਿੱਚ ਵਧੀਆ ਹੁੰਦੇ ਤੇ ਅੱਜ ਪੰਜਾਬ ਦੀ ਹਾਲਤ ਇਹ ਨਹੀਂ ਸੀ ਹੋਣੀ ਸਿਰਫ ਇਹ ਲਾਲਚੀ ਲੋਭੀ ਹੋਣ ਕਰਕੇ ਲਾਲਚੀ ਲੋਭੀ ਇਨਸਾਨ ਦੀ ਬਿਰਤੀ ਹੈ ਜਿਹੜੀ ਉਹਨੇ ਆਪ ਤੇ ਆਪਣੀ ਲੀਕ ਲੰਮੀ ਕਰਨ ਨਾਲੋਂ ਦੂਜੇ ਦੀ ਲੀਕ ਨੂੰ ਨੀਵਾਂ ਕਰਨ ਤੇ ਲੱਗਾ ਹੁੰਦਾ ਵਾ ਇਸ ਕਰਕੇ ਇਹਨਾਂ ਨੇ ਇੱਕ ਦੂਜੇ ਦੀਆਂ ਲੀਕਾਂ ਤੇ ਪਹਿਲਾਂ ਹੀ ਨਿੱਕੀਆਂ ਕਰਦੇ ਰਹੇ ਨੇ ਤੇ ਹੁਣ ਵੀ ਗਾਹ ਇਹਨਾਂ ਕਰਨੀਆਂ ਨੇ ਤੇ ਹੁਣ ਤੋਂ ਤੁਸੀਂ ਵੇਖ ਲਿਆ ਹਾਲੇ ਲੋਕ ਯਾਨੀ ਜਿਹੜੇ ਸਾਡੇ ਪੰਜਾਬ ਦੇ ਉਹ ਇਹਨਾਂ ਨੂੰ ਨਹੀਂ ਚਾਹੁੰਦੇ ਪਰ ਇਹ ਇਹਨਾਂ ਦੀ ਤੁਸੀਂ ਆਪਸੀ ਹਾਲਤ ਵੇਖ ਹੀ ਲਈ ਕੀ ਹੋ ਰਿਹਾ ਹੈ ਕੈਰੋਂ ਪਰਿਵਾਰ ਜਿਹਨੇ ਅੜ ਕੇ ਇਹ ਟਿਕਟ ਖੇਮਕਰਨ ਹਲਕੇ ਤੋਂ ਜੇਕਰ ਲੈ ਜਾਂਦਾ ਹੈ ਕਿ ਲੱਗਦਾ ਕਿ ਇਹ ਸਿਰਫ ਜਿੱਦ ਲਈ ਟਿਕਟ ਲਈ ਗਈ ਆ ਕਿ ਜਾਂ ਫਿਰ ਕੈਰੋਂ ਪਰਿਵਾਰ ਦਾ ਵਾਕਈ ਖੇਮਕਰਨ ਹਲਕੇ ਦੇ ਵਿੱਚ ਆਧਾਰ ਇਹਨਾਂ ਕਿ ਉਹਨਾਂ ਨੂੰ ਲੜਨੀ ਪੈਣੀ ਸੀ ਉੱਥੋਂ ਵੇਖੋ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵਾ ਸੁਰਿੰਦਰ ਵੀ ਜਿਸ ਤਰ੍ਹਾਂ ਬ੍ਰਹਮਪੁਰਾ ਸਾਹਿਬ ਸੀ ਉਸ ਤੋਂ ਬਾਅਦ ਕੈਰੋਂ ਵਾਲੇ ਆਪਣੇ ਆਪ ਨੂੰ ਸਾਡੇ ਜ਼ਿਲ੍ਹੇ ਦੇ ਮਾਲਕ ਖਵਾਉਂਦੇ ਸਨ ਉਹਨਾਂ ਨੇ ਇੱਕ ਵਿਧਾਇਕ ਇੱਥੇ ਤਰਨ ਤਾਰਨ ਆਜ਼ਾਦ ਹੀ ਜਿਤਾ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਉਲਟ ਤੇ ਉਹ ਆਪਣਾ ਆਧਾਰ ਬਲਟੋਏ ਦੇ ਵਿੱਚ ਵੀ ਰੱਖਦੇ ਨੇ ਕਿਉਂਕਿ ਉਹਨਾਂ ਦੇ 40-50 ਪਿੰਡ ਆ ਜਿਹੜੇ ਉਹ ਖੇਮਕਰਨ ਹਲਕਾ ਜਿਹੜਾ ਬਲਟੋਏ ਤੋਂ ਟੁੱਟ ਕੇ ਬਣਿਆ ਹੈ ਉਸ ਵਿੱਚ ਕੰਮ ਕਰਦੇ ਨੇ ਤੇ ਉਹਨਾਂ ਕੈਰੋਂ ਵਾਲਿਆਂ ਦੀ ਇੱਕ ਬੜੀ ਵੱਡੀ ਜਿਹਨੂੰ ਆਪਾਂ ਆਖਦੀਏ ਸਿਫਤ ਆ ਕਿ ਉਹ ਜਿਸ ਦਾ ਕੰਮ ਕਰਦੇ ਹਨ ਉਹ ਬੰਦਾ ਕਦੇ ਵੀ ਉਹਨਾਂ ਨਾਲ ਨਹੀਂ ਟੁੱਟਦਾ ਉਹ ਇਸ਼ਤੀ ਇੰਨੀ ਦਿੰਦੇ ਹਨ ਨਾ ਤਾਂ ਉਹ ਇਹ ਵੇਹਦੇ ਨੇ ਕਿ ਹੁਣ ਕਿਸੇ ਨਾਲ ਮਾੜਾ ਹੋ ਰਿਹਾ ਜਾਂ ਚੰਗਾ ਹੋ ਰਿਹਾ ਜਿਹਦੇ ਨਾਲ ਉਹ ਖਲੋ ਜਾਂਦੇ ਨੇ ਉਹਦੇ ਨਾਲ ਡੱਟ ਕੇ ਖਲੋਂਦੇ ਨੇ ਸੋ ਇਸ ਕਰਕੇ 40-50 ਪਿੰਡਾਂ ਦੇ ਵਿੱਚ ਉਹਨਾਂ ਦਾ ਆਧਾਰ ਬੜਾ ਵੱਡਾ ਹੈ ਜੇਕਰ ਟਿਕਟ ਸ਼੍ਰੋਮਣੀ ਅਕਾਲੀ ਦਲ ਵਿਰਸਾ ਸਿੰਘ ਨੂੰ ਹੀ ਦਿੰਦਾ ਹੈ ਤੇ ਜਿੱਤ ਹਾਰ ਕੈਰੋਂ ਵਾਲਿਆਂ ਦੇ ਹੱਥ 'ਚ ਹੀ ਹੋਣੀ ਹੈ ਤੇ ਜੇਕਰ ਕੈਰੋਂ ਵਾਲੇ ਖਲੋਂਦੇ ਸਨ ਹਨ ਤੇ ਫਿਰ ਵੀ ਜਿਹੜਾ ਵਿਰਸਾ ਸਿੰਘ ਆ ਉਹਨਾਂ ਦਾ ਥੋੜਾ ਬੜਾ ਨੁਕਸਾਨ ਹੈ ਜਿਹੜਾ ਉਹ ਜ਼ਰੂਰ ਕਰੇਗਾ ਪਰ ਮੇਰਾ ਖਿਆਲ ਹੈ ਵੀ ਜਦੋਂ ਕੈਰੋਂ ਵਾਲੇ ਉਹ ਹਲਕੇ 'ਚ ਚੱਲ ਜਾਣ ਤੇ ਜਿਹੜੇ ਵਿਰਸਾ ਸਿੰਘ ਦੇ ਨਾਲ ਲੋਕ ਨੇ ਉਹਨਾਂ ਵੀ ਆਮ ਹੀ ਕੈਰੋਂ ਵਾਲਿਆਂ ਨਾਲ ਚੱਲ ਜਾਣਾ ਹੈ ਅੱਛਾ ਤਾਂ ਜਾਨੀ ਇਹ ਫੈਸਲਾ ਸਹੀ ਸਾਬਤ ਹੋ ਸਕਦਾ ਜੇਕਰ ਖੇਮਕਰਨ ਹਲਕੇ ਤੋਂ ਵਿਰਸਾ ਸਿੰਘ ਬਲਟੂਹਾ ਨੂੰ ਟਿਕਟ ਦਿੱਤੀ ਗਈ ਇਹ ਤਾਂ ਗੱਲ ਕੈਰੋਂ ਪਰਿਵਾਰ ਦੀ ਟਿਕਟ ਦੀ ਸੀ ਜੇਕਰ ਵਿਰਸਾ ਸਿੰਘ ਬਲਟੂਹਾ ਤਰਨ ਤਾਰਨ ਚਲੇ ਜਾਂਦੇ ਨੇ ਕਿਉਂਕਿ ਜਿੱਤ ਦੀ ਦਾਅਵੇਦਾਰੀ ਉਹ ਖੇਮਕਰਨ ਹਲਕੇ ਤੋਂ ਕਰਦੇ ਸੀ ਜੇਕਰ ਉਹ ਤਰਨ ਤਾਰਨ ਚਲੇ ਗਏ ਉੱਥੇ ਸਥਿਤੀ ਕਿਹੋ ਜਿਹੀ ਆ ਵਿਰਸਾ ਸਿੰਘ ਬਲਟੂਹਾ ਦੇ ਲਈ ਤਰਨ ਤਾਰਨ ਹਲਕੇ ਦੇ ਵਿੱਚ ਦੋ ਸ਼ਹਿਰ ਪੈਂਦੇ ਨੇ ਇੱਕ ਛੋਟਾ ਜਿਹਾ ਕਸਬਾ ਝਬਾਲ ਹੈ ਤੇ ਤਰਨ ਤਾਰਨ ਹੈ ਸੋ ਜਿਹੜੀ ਸ਼ਹਿਰਾਂ ਦੀ ਸਥਿਤੀ ਹੁੰਦੀ ਹੈ ਇੱਥੇ ਪੜ੍ਹੇ ਲਿਖੇ ਲੋਕ ਤੇ ਮੁਲਾਜ਼ਮ ਵਰਗ ਜ਼ਿਆਦਾ ਹੁੰਦਾ ਹੈ ਤੇ ਉਹਨਾਂ ਨੇ ਸੋਚ ਵਿਚਾਰ ਕੇ ਵੋਟ ਪਾਉਣੀ ਹੁੰਦੀ ਆ ਤੇ ਜਿਹੜਾ ਵਿਰਸਾ ਸਿੰਘ ਆ ਅਸੀਂ ਅੱਜ ਧਰਮੀ ਤਾਂ ਖਵਾਉਂਦੇ ਹਾਂ ਪਰ ਸਾਡਾ ਕਦੇ ਕੁਝ ਸ਼ਬਦ ਜਿਹੜੇ ਸਾਡੇ ਕੰਠ ਵਿੱਚੋਂ ਨਿਕਲਦੇ ਨੇ ਉਹਨਾਂ ਨੂੰ ਵੀ ਲੋਕ ਵੇਹਦੇ ਨੇ ਸੋ ਜੇਕਰ ਇੱਥੇ ਆ ਜਾਂਦਾ ਵਾ ਤੇ ਇੱਥੇ ਹੁਣ ਫਿਰ ਰੱਬ ਹੀ ਅੱਲਾ ਤਾਲਾ ਹੀ ਰਾਖਾ ਹੋਏਗਾ ਮੇਰੇ ਖਿਆਲ ਦੇ ਵਿੱਚ ਕਿਉਂ ਅਕਾਲੀ ਦਲ ਦੀ ਹਾਲਤ ਇਸ ਵੇਲੇ ਬੜੀ ਪਤਲੀ ਆ ਤੇ ਵਿਰਸਾ ਸਿੰਘ ਨੂੰ ਵੀ ਪਤਾ ਵਾ ਕਿ ਜੇ ਮੈਂ ਜੇਕਰ ਆਪਣਾ ਹਲਕਾ ਮੈਂ ਛੱਡਿਆ ਤਾਂ ਮੈਨੂੰ ਸ਼ਾਇਦ ਜਿਹੜੀ ਸਿਆਸਤ ਦੇ ਵਿੱਚ ਪਿਆਰ ਆ ਉਹ ਨਾ ਮਿਲ ਸਕੇ ਕਿਉਂਕਿ ਉਹ ਕਾਫੀ ਚਿਰ ਦਾ ਉੱਥੇ ਵਰਤ ਰਿਹਾ ਵਾ ਜੀ ਤਾਂ ਪੰਨੂ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਇਸ ਅਹਿਮ ਮੁੱਦੇ ਤੇ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਓਕੇ ਸਤਿ ਸ੍ਰੀ ਅਕਾਲ ਜੀ ਤਾਂ ਇਹ ਸਨ ਸਰਦਾਰ ਕੁਲਵੰਤ ਸਿੰਘ ਪੰਨੂ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਵਿਚਾਰ ਚਰਚਾ ਕੀਤੀ ਗਈ ਦੱਸ ਦਈਏ ਕਿ ਪਿਛਲੇ ਦਿਨ ਹੀ ਇੱਕ ਚਰਚਾ ਛਿੜੀ ਹੋਈ ਸੀ ਅਕਾਲੀ ਸਿਆਸਤ ਦੇ ਵਿੱਚ ਖੇਮਕਰਨ ਹਲਕੇ ਦੀ ਵਿਧਾਨ ਸਭਾ ਟਿਕਟ ਨੂੰ ਲੈ ਕੇ ਇੱਕ ਪਾਸੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸੀ ਜੋ ਬਾਦਲ ਪਰਿਵਾਰ ਦੇ ਜਵਾਈ ਸੀ ਉਹਨਾਂ ਦੇ ਵੱਲੋਂ ਦਾਅਵੇਦਾਰੀ ਠੋਕੀ ਗਈ ਸੀ ਕਿ ਸਾਡਾ ਜਿਹੜਾ ਇੱਕ ਪਰਿਵਾਰ ਦਾ ਜੀ ਹੈ ਉਹ ਖੇਮਕਰਨ ਹਲਕੇ ਤੋਂ ਲੋਕਾਂ ਦੇ ਪਿਆਰ ਨੂੰ ਦੇਖਦਿਆਂ ਵਿਧਾਨ ਸਭਾ ਚੋਣ ਜ਼ਰੂਰ ਲੜੇਗਾ ਤਾਂ ਦੂਜੇ ਪਾਸੇ ਵਿਰਸਾ ਸਿੰਘ ਬਲਟੂਹਾ
पूरी तरह दे नाल गर्म हो गए सी। वह कहिंदे सी कि मेरी टिकट आदेश प्रताप कैरों नहीं कटता कट सकता, सगो दी मैं उहदी उहदे वाले पासे जाके अपना बंदा खड़ावांगा, उहनूं पट्टी तों वी भजावांगा। उहने इत्थों तक गल कह दित्ती गई सी। ते सुखबीर सिंह बादल आए, उन्होंने रैली करके विरसा सिंह वलटोहा दी जिहड़ी है टिकट अनाउंस कर दित्ती। उस तों बाद फिर एक वार तों बयान आउंदा कैरों परिवार के कुछ एक करीबी साथी दे वल्लों, उहनां दे वल्लों इह गल कही कही जांदी है कि बेशक सुखबीर सिंह बादल विरसा सिंह वलटोहा नूं जिहड़े टिकट अनाउंस कर गए ने, पर फिर भी जिहड़ा कैरों परिवार है वह खेमकरन हल्के तो चोण जरूर लड़ेगा, तो लड़ेगा भी अकाली दल दे वल्लों। तो हुण खबरां सामने ये आ रही ने कि बादल दी धी दे वल्लों अपने प्यो नूं राजी कर लिया गया कि खेमकरन हल्के तो सानूं ही टिकट दित्ती जावे, ते खेमकरन हल्के तो जिस विरसा सिंह वलटोहा नूं टिकट दित्ती गई है उसनूं तन तन भेज दिता जाए। तो हुण सियासी गलियारां दे विच ये चर्चा पूरी तरह दे नाल छाई हुई है। तो हुण देखण वाली गल ये है कि जिस मजीठिए ने अपने जीजे सुखबीर सिंह बादल नूं कह के विरसा सिंह वलटोहा नूं ये टिकट दवाई है कि उसदे उत्ते हुण सुखबीर सिंह बादल की सकी भैण भारू पै जाएगी कि वाकई ही खेमकरन हल्के तो आदेश प्रताप सिंह कैरों का परिवार चोण लड़ेगा, कि वाकई ही वो चोण जित सकणगे, कि एक दूजे नूं नुकसान नहीं करनगे। ये तो हाले आने वाला समा दसेगा, पर फिलहाल लई दिओ सानूं इजाजत। दोबारा फिर मिलांगे इस प्रोग्राम नवे मुद्दे दे नाल। इजाजत, धन्यवाद।